ਹਾਂਜੀ ਗੁਰੂ ਪਿਆਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਦਿਲਚਸਪ ਰੋਚਕ ਅਤੇ ਜਾਣਕਾਰੀ ਭਰਪੂਰ ਵੀਡੀਓ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਚੈਨਲ ਜਿੰਦ ਬਡਾਲੀ ਨੋਟੀਫਿਕੇਸ਼ਨ ਵਾਸਤੇ ਬੈਲ ਵਾਲਾ ਬਟਨ ਦਬਣਾ ਨਾ ਭੁੱਲਣਾ ਤਾਂ ਕਿ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਕਿਦਾਂ ਸਾਰੇ ਵੀ ਠੀਕ ਠਾਕ ਹੋ ਚੜ੍ਹਦੀ ਕਲਾ ਸੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਾਰੇ ਵੀਰਾਂ ਤੇ ਭੈਣਾਂ ਨੂੰ ਸੋ ਗੱਲਬਾਤ ਜਿਹੜੀ ਆਪਨੇ ਅੱਜ ਕਰਨੀ ਹੈ ਬੜੀ ਦਿਲਚਸਪ ਹੈ ਕਿਉਂਕਿ ਆਪਨੇ ਗੱਲ ਕਰਨੀ ਹੈ 1947 ਦੇ ਵਿੱਚ ਜਦੋਂ ਵੰਡ ਹੁੰਦੀ ਹੈ ਦੇਸ਼ ਦੀ ਤਾਂ ਜਦੋਂ ਇਹ ਦੇਸ਼ ਦੀ ਵੰਡ ਹੋਈ ਤਾਂ ਸਿਰਫ ਜ਼ਮੀਨ ਹੀ ਕੱਲੀ ਨਹੀਂ ਪੰਡੀ ਗਈ ਸੀ ਸਿਰਫ ਦੋ ਮੁਲਕਾਂ ਵਿਚਾਲੇ ਸਿਰਫ ਤਾਂ ਹੀ ਨਹੀਂ ਖਚੀਆਂ ਗਈਆਂ ਵੰਡ ਸਾਂਝੀ ਵਿਰਾਸਤ ਅਤੇ ਸਾਂਝੀ ਤਵਾਰੀਖ ਦੀ ਵੀ ਹੋਈ ਦੋਵੇਂ ਮੁਲਕਾਂ ਦੇ ਵਸਨੀਕ ਸੂਈ ਪੈਨਸਲ ਕੁਰਸੀਆਂ ਤੇ ਪਾਲਤੂ ਜਾਨਵਰਾਂ ਲਈ ਵੀ ਲੜਨ ਲੱਗੇ। ਭਾਰਤ-ਪਾਕਿਸਤਾਨ ਦੀ ਇਹ ਵੰਡ ਇੱਕ ਇਤਿਹਾਸ ਇੱਕ ਇਤਿਹਾਸਕ ਵਿਰਾਸਤ ਦੀ ਵੰਡ ਸੀ। ਸਿੰਧੂ ਘਾਟੀ ਸਭਿਅਤਾ ਦਾ ਕੇਂਦਰ ਰਹੇ ਮੋਹਨਜੋਦੜੋ ਦੀ ਖੁਦਾਈ ਵੇਲੇ ਮਿਲੇ ਇੱਕ ਹਾਰ ਨੂੰ ਲੈ ਕੇ ਭਾਰਤ-ਪਾਕਿਸਤਾਨ ਦੇ ਵਿਚਾਲੇ ਇੱਕ ਜਬਰਦਸਤ ਖਿੱਚੋ-ਤਾਣ ਹੋਈ। ਹਾਂਜੀ 1920 ਦੇ ਦਹਾਕੇ ਦੇ ਵਿੱਚ ਹਿੰਦੁਸਤਾਨ ਆਜ਼ਾਦ ਨਹੀਂ ਹੋਇਆ ਸੀ ਤੇ ਭਾਰਤ ਪਾਕਿਸਤਾਨ ਇੱਕ ਹੀ ਮੁਲਕ ਸਨ ਉਸ ਵੇਲੇ ਸਿੰਧ ਸੂਬੇ ਦੀ ਖੁਦਾਈ ਦੇ ਦੌਰਾਨ ਤਕਰੀਬਨ 5000 ਸਾਲ ਪੁਰਾਣੇ ਸ਼ਹਿਰ ਦੇ ਨਿਸ਼ਾਨ ਮਿਲੇ ਇਹਨੂੰ ਸਿੰਧੂ ਘਾਟੀ ਦੀ ਸਭਿਅਤਾ ਦਾ ਨਾਮ ਦਿੱਤਾ ਗਿਆ ਖੁਦਾਈ ਚ ਜੋ ਸ਼ਹਿਰ ਸਾਹਮਣੇ ਆਇਆ ਉਹ ਇਨਸਾਨੀ ਤਰੱਕੀ ਦੀ ਮਿਸਾਲ ਸੀ ਹਾਂਜੀ ਤਾਂ ਸਿੰਧੂ ਘਾਟੀ ਦੀ ਸਭਿਅਤਾ ਦੀ ਖੋਜ ਨੇ ਅੰਗਰੇਜ਼ਾਂ ਦੇ ਗੁਲਾਮ ਇਸ ਤੇਸ਼ ਨੂੰ ਆਪਣੀ ਤਵਾਰੀਖ ਤੇ ਮਾਣ ਮਹਿਸੂਸ ਕਰਨ ਦੀ ਇੱਕ ਵਜ੍ਹਾ ਦੇਤੀ ਹੁਣ ਭਾਰਤ ਦੇ ਲੋਕ ਇਹ ਕਹਿ ਸਕਦੇ ਸੀ ਕਿ ਉਹਨਾਂ ਦਾ ਇਤਿਹਾਸ ਵੀ ਮਿਸਰ ਯੂਨਾਨ ਅਤੇ ਚੀਨ ਦੀ ਸਭਿਅਤਾ ਦੇ ਵਾਂਗ ਹਜ਼ਾਰਾਂ ਸਾਲ ਪੁਰਾਣਾ ਹੈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਆਪਣੀ ਕਿਤਾਬ ਡਿਸਕਵਰੀ ਆਫ ਇੰਡੀਆ ਚ ਮੋਹਨਜੋਦੜੋ ਬਾਰੇ ਲਿਖਿਆ ਨੇਹਰੂ ਕਹਿੰਦਾ ਕਿ ਮਹਨਜੋਦੜੋ ਦੇ ਟਿੱਲੇ ਤੇ ਖੜੇ ਹੋ ਕੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹ 5000 ਸਾਲ ਤੋਂ ਵੀ ਪੁਰਾਣੀ ਸਭਿਅਤਾ ਦੀ ਪਦਾਸ਼ ਹੈ ਇੱਕ ਅਜਿਹੀ ਸਭਿਅਤਾ ਜੋ ਲਗਾਤਾਰ ਬਦਲ ਰਹੀ ਹੈ ਤਾਂ ਮੋਹਨਜੋਦੜੋ ਦੀ ਖੁਰਾਈ ਦੇ ਦੌਰਾਨ ਇੱਕ ਨੱਚਦੀ ਹੋਈ ਔਰਤ ਦੀ ਮੂਰਤੀ ਇੱਕ ਧਿਆਨ ਲਗਾਏ ਹੋਏ ਪੁਜਾਰੀ ਦਾ ਬੁੱਤ ਹਜ਼ਾਰਾਂ ਇਤਿਹਾਸਕ ਵਸਤੂਆਂ ਮਿਲੀਆਂ ਪਰ ਕੋਈ ਵੀ ਚੀਜ਼ ਸਾਬਤ ਨਹੀਂ ਸੀ ਇਸ ਖੁਦਾਈ ਦੇ ਵਿੱਚ ਇੱਕ ਸੋਨੇ ਦਾ ਹਾਰ ਵੀ ਮਿਲਿਆ ਬੇਹਦ ਕੀਮਤੀ ਪੱਥਰਾਂ ਨੂੰ ਸੋਨੇ ਦੀਆਂ ਲੜੀਆਂ ਚ ਪਰੋਇਆ ਗਿਆ ਸੀ ਤਾਂ ਮੋਹਨਜੋਦੜੋ ਵਿੱਚ ਮਿਲਿਆ ਇਹ ਇਕਲੌਤਾ ਹਾਰ ਸੀ ਜੋ ਹਜ਼ਾਰਾਂ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਬਤਾ ਸੀ ਭਾਰਤੀ ਇਤਿਹਾਸਕਾਰ ਸੁਦੇਸ਼ਨਾ ਗੁਹਾ ਮੁਤਾਬਕ ਸਿੰਧੂ ਘਾਟੀ ਸਭਿਅਤਾ ਦੀ ਖੁਦਾਈ ਦੇ ਵਿੱਚ ਬਹੁਤ ਘੱਟ ਗਹਿਣੇ ਮਿਲੇ ਸੀ ਸੋਨੇ ਦਾ ਬਣਿਆ ਇਹ ਇਕੱਲਾ ਹੀ ਬੇਸ਼ਕੀਮਤੀ ਹਾਰ ਸੀਗਾ ਤਾਂ ਇਹ ਇੱਕ ਸੰਸਨੀਖੇਜ ਖੋਜ ਸੀ ਤੇ ਇਹ ਹਾਰ ਇੱਕ ਤਾਂਬੇ ਦੇ ਭਾਂਡੇ 'ਚ ਮਿਲਿਆ ਸੀ ਮੰਨਿਆ ਜਾਂਦਾ ਕਿ ਉਹ ਘਰ ਇੱਕ ਸੁਨਿਆਰੇ ਦਾ ਰਿਹਾ ਹੋਊਗਾ ਸੁਦੇਸ਼ਨਾ ਗੁਹਾ ਦੇ ਮੁਤਾਬਕ ਸਿੰਧੂ ਘਾਟੀ ਸਭਿਅਤਾ ਦੀ ਖੋਜ ਭਾਰਤ ਲਈ ਬਹੁਤ ਵੱਡੀ ਚੀਜ਼ ਸੀ ਇਸ ਸਭਿਅਤਾ ਦੇ ਸਾਹਮਣੇ ਆਉਣ ਦੇ ਨਾਲ ਭਾਰਤ ਉਹਨਾਂ ਦੇਸ਼ਾਂ ਦੀ ਜਮਾਤ 'ਚ ਸ਼ਾਮਲ ਹੋ ਗਿਆ ਜਿਨ੍ਹਾਂ ਦਾ ਮਾਣਮੱਤਾ ਇਤਿਹਾਸ ਰਿਹਾ ਤਾਂ ਜਦੋਂ ਜੂਨ 1947 'ਚ ਦੋਹਾਂ ਦੇਸ਼ਾਂ ਦੀ ਵੰਡ ਦਾ ਐਲਾਨ ਹੋਇਆ ਤਾ ਸਦੀਆਂ ਤੋਂ ਇਕੱਠੇ ਰਹਿੰਦੇ ਆਏ ਲੋਕ ਛੋਟੀਆਂ-ਛੋਟੀਆਂ ਚੀਜ਼ਾਂ ਲਈ ਲੜਨ ਲੱਗੇ। ਕੁਝ ਮਹੀਨੇ ਪਹਿਲਾਂ ਇੰਗਲੈਂਡ ਤੋਂ ਮੰਗਵਾਈਆਂ ਗਈਆਂ 60 ਬੱਤਕਾਂ ਨੂੰ ਦੋਵਾਂ ਦੇਸ਼ਾਂ 'ਚ ਵੰਡਿਆ ਗਿਆ। ਜੰਗਲਾਤ ਮਹਿਕਮੇ ਦੇ ਜਾਇਦਾਦ ਰਹੇ ਜੋਏ ਮੁਨੀ ਨਾਂ ਦੇ ਇੱਕ ਹਾਥੀ ਨੂੰ ਜਦੋਂ ਪੂਰਬੀ ਬੰਗਾਲ ਨੂੰ ਦੇ ਦਿੱਤਾ ਗਿਆ ਤਾਂ ਭਾਰਤ ਨੇ ਇਹਦਾ ਜ਼ੋਰਦਾਰ ਵਿਰੋਧ ਕੀਤਾ। ਹਾਥੀ ਦੇ ਮਹਾਵਤ ਨੇ ਭਾਰਤ 'ਚ ਰਹਿਣ ਦਾ ਫੈਸਲਾ ਕੀਤਾ ਸੀ। ਦੇਸ਼ ਦੀ ਵੰਡ ਦੇ ਨਾਲ ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵੀ ਹਿੱਸੇ ਹੋ ਗਏ। ਮਿਸਾਲ ਦੇ ਤੌਰ ਤੇ ਵਿਦੇਸ਼ ਮੰਤਰਾਲੇਆ ਤੋਂ 21 ਟਾਈਪਰਾਈਟਰ, 31 ਪੈਨ, ਸਟੈਂਡ, 16 ਕੁਰਸੀਆਂ, 125 ਪੇਪਰ ਕੈਬਿਨੇਟ ਅਤੇ ਅਫਸਰਾਂ ਦੇ ਮੈਟਨ ਲਈ 31 ਕੁਰਸੀਆਂ ਪਾਕਿਸਤਾਨ ਭੇਜੀਆਂ ਗਈਆਂ। ਇਹ ਤਾਂ ਛੋਟੀ ਜਿਹੀ ਮਿਸਾਲ ਸੀ। ਅਸਲ 'ਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਬ੍ਰਿਟਿਸ਼ ਭਾਰਤ ਦੀ ਰਾਜਧਾਨੀ ਦਿੱਲੀ ਆਜ਼ਾਦ ਭਾਰਤ ਦੀ ਰਾਜਧਾਨੀ ਬਣ ਗਈ ਸੀ ਤਾਂ ਪਾਕਿਸਤਾਨ ਨੇ ਕਰਾਚੀ ਨੂੰ ਆਪਣੀ ਰਾਜਧਾਨੀ ਬਣਾਇਆ ਕਰਾਚੀ ਇੱਕ ਸੂਬੇ ਦੀ ਰਾਜਧਾਨੀ ਸੀ ਦਫ਼ਤਰਾਂ ਦੀ ਗਿਣਤੀ ਬੇਹਦ ਘੱਟ ਸੀ ਨਾ ਥਾਂ ਸੀ ਨਾ ਹੀ ਸਰਕਾਰੀ ਕੰਮਾਂ ਲਈ ਜ਼ਰੂਰੀ ਸਮਾਨ ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਕਾਗਜ਼ ਫੈਲਾਂ ਪੈਨ ਅਤੇ ਪਿੰਨ ਵਰਗੀਆਂ ਚੀਜ਼ਾਂ ਦੀ ਕਿੱਲਤ ਵੀ ਝੱਲਣੀ ਪਈ ਸੀ ਤਾਂ ਤੁਸੀਂ ਸੋਚ ਸਕਦੇ ਹੋ ਕਿ ਜਦੋਂ ਦੋ ਦੇਸ਼ ਪੈਨ ਪੈਨਸਲ ਅਤੇ ਪੈਨ ਵਰਗੀਆਂ ਚੀਜ਼ਾਂ ਦੀ ਵੰਡ ਕਰ ਰਹੇ ਸੀ ਤਾਂ ਉਹਨਾਂ ਨੇ ਬੇਸ਼ਕੀਮਤੀ ਅਤੇ ਇਤਿਹਾਸਕ ਚੀਜ਼ਾਂ ਦੀ ਵੰਡ ਕਿਵੇਂ ਕੀਤੀ ਹੋਊਗੀ ਹਰ ਦੇਸ਼ ਦੀ ਹੋਂਦ ਲਈ ਉਹਦਾ ਇੱਕ ਇਤਿਹਾਸ ਹੋਣਾ ਜ਼ਰੂਰੀ ਹੈ ਭਾਰਤ ਪਾਕਿਸਤਾਨ ਦਾ ਕੋਈ ਵੱਖਰਾ ਨਹੀਂ ਬਲਕਿ ਇੱਕ ਇਤਿਹਾਸ ਸੀ ਹੁਣ ਉਹ ਇਹਦੀ ਵੰਡ ਕਿਵੇਂ ਕਰਦੇ ਮੁੱਲਕ ਵੱਖ ਹੋਣ ਦੇ ਵੱਖ ਹੋਣ ਦੇ ਨਾਲ ਸਿੰਦੂ ਘਾਟੀ ਦੀ ਸਭਿਅਤਾ ਦਾ ਸਭ ਤੋਂ ਵੱਡਾ ਕੇਂਦਰ ਮੋਹਨਜੋਦੜੋ ਪਾਕਿਸਤਾਨ 'ਚ ਹੀ ਰਹਿ ਗਿਆ। ਪਾਕਿਸਤਾਨ ਦਾ ਆਪਣਾ ਕੋਈ ਵੱਖਰਾ ਇਤਿਹਾਸ ਨਹੀਂ ਸੀ ਇਸ ਲਈ ਇਹ ਜ਼ਰੂਰੀ ਸੀ ਕਿ ਇਹ ਸਿੰਦੂ ਘਾਟੀ ਦੀ ਸਭਿਅਤਾ ਨੂੰ ਭਾਰਤ ਦੇ ਬਾਕੀ ਇਤਿਹਾਸ ਤੋਂ ਵੱਖਰਾ ਕਰਕੇ ਦੱਸ ਦੇ। ਸੋ ਅਜਿਹਾ ਕਰਨ ਲਈ ਪਾਕਿਸਤਾਨ ਕੋਲ ਮੋਹਨਜੋਦੜੋ 'ਚ ਮਿਲੀਆਂ ਚੀਜ਼ਾਂ ਦਾ ਹੋਣਾ ਵੀ ਜ਼ਰੂਰੀ ਸੀ। ਤਾਂ ਵੰਡ 'ਚ ਕਿਹਨੂੰ ਕੀ ਮਿਲਿਆ? ਇਤਿਹਾਸਕਾਰ ਸੁਦੇਸ਼ਨਾ ਗੁਹਾ ਮੁਤਾਬਕ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਭਾਰਤ ਨੇ ਵੀ ਸਿੰਧੂ ਘਾਟੀ ਦੀ ਸਭਿਅਤਾ 'ਚ 1000 ਤੋਂ ਵੱਧ ਮਿਲੀਆਂ ਇਤਿਹਾਸਕ ਚੀਜ਼ਾਂ ਤੇ ਆਪਣੀ ਦਾਵੇਦਾਰੀ ਕੀਤੀ। ਸਮਾਨ ਦੀ ਵੰਡ ਦਾ ਜੋ ਫਾਰਮੂਲਾ ਤੈਅ ਕੀਤਾ ਗਿਆ ਉਹਦੇ ਤਹਿਤ ਭਾਰਤ ਨੂੰ 60% ਅਤੇ ਪਾਕਿਸਤਾਨ ਨੂੰ 40% ਸਮਾਨ ਮਿਲਣਾ ਤੈਅ ਹੋਇਆ ਸੀ। ਨੱਚਦੀ ਹੋਈ ਕੁੜੀ ਦੀ ਜਿਹੜੀ ਮੂਰਤੀ ਮਿਲੀ ਸੀ ਉਹ ਭਾਰਤ ਦੇ ਹਿੱਸੇ ਆਈ ਧਿਆਨ ਲਾਇਆ ਹੋਇਆ ਧਿਆਨ ਲਾਈ ਇੱਕ ਜੋਗੀ ਦਾ ਬੁੱਤ ਸੀ ਜਿਹੜਾ ਉਹ ਪਾਕਿਸਤਾਨ ਦੇ ਹਿੱਸੇ ਆਇਆ ਹੁਣ ਅੜਿੱਕਾ ਸੀ ਉਹ ਸੋਨੇ ਦੇ ਹਾਰ ਦਾ ਤੇ ਉਹੀ ਹਾਰ ਜੋ ਖੋਦਾਈ ਚ ਮਿਲਿਆ ਇਕਲੌਤਾ ਅਟੁੱਟ ਸਮਾਨ ਸੀ ਹਾਂਜੀ ਸੋ ਜਦੋਂ ਹਾਰ ਨੂੰ ਲੈ ਕੇ ਸਹਿਮਤੀ ਨਹੀਂ ਬਣੀ ਤਾਂ ਤੋੜ ਕੱਢਿਆ ਗਿਆ ਕਿ ਦੇਸ਼ ਦੀ ਵੰਡ ਦੀ ਤਰ੍ਹਾਂ ਹਾਰ ਵੀ ਦੋ ਹਿੱਸਿਆਂ 'ਚ ਵੰਡਿਆ ਜਾਊ ਹਾਰ ਨੂੰ ਵੀ ਦੋਵਾਂ ਦੇਸ਼ਾਂ ਵਿਚਾਲੇ ਅੱਧਾ-ਅੱਧਾ ਵੰਡ ਦਿੱਤਾ ਗਿਆ। ਅੱਜ ਭਾਰਤ ਦੇ ਹਿੱਸੇ ਵਾਲਾ ਹਾਰ ਨੂੰ ਦਿੱਲੀ ਦੇ ਨੈਸ਼ਨਲ ਮਿਊਜ਼ੀਅਮ ਦੇ ਵਿੱਚ ਰੱਖਿਆ ਗਿਆ ਏ। ਇੱਕ ਵਾਰ ਅਮਰੀਕਾ 'ਚ ਹੋਈ ਨਮੈਸ਼ 'ਚ ਦੋਵਾਂ ਦੇਸ਼ਾਂ ਨੂੰ ਹਾਰ ਦੇ ਟੁਕੜਿਆਂ ਨੂੰ ਇਕੱਠਾ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਪਰ ਭਾਰਤ ਨੇ ਇਹਦੇ ਲਈ ਨਾ ਕਰ ਦਿੱਤੀ। ਮੋਹਨਜੋਦੜੋ 'ਚ ਮਿਲੇ ਹਾਰ ਦੇ ਇਹ ਦੋ ਟੁਕੜੇ ਭਾਰਤ-ਪਾਕਿਸਤਾਨ ਦੀ ਵੰਡ ਦੇ ਵਿਚਾਲੇ ਇਤਿਹਾਸ ਦੇ ਵੰਡ ਦੇ ਸਭ ਤੋਂ ਵੱਡੇ ਗਵਾਹ ਨੇ ਹਾਂਜੀ ਸੋ ਇਦਾਂ ਕਹਿ ਲੀਏ ਵੀ ਉਹ ਹਾਰ ਵੰਡਿਆ ਗਿਆ ਤੇ ਦੇਖ ਲਓ ਹਰ ਇੱਕ ਚੀਜ਼ ਵੰਡੀ ਗਈ ਪੈਨ ਪੈਨਸਲ ਕੁਰਸੀਆਂ ਕਾਗਜ਼ ਸੋ ਮੈਂ ਸਮਝਦਾ ਕਿ ਪਾਕਿਸਤਾਨ ਦਾ ਵਖਮਾਣਾ ਇਸ ਦੇਸ਼ ਤੋਂ ਪੰਜਾਬ ਦੇ ਟੁਕੜੇ ਹੋਣੇ ਇੱਕ ਮੈਂ ਸਮਝਦਾ ਕਿ ਤੋ ਵੱਡਾ ਕੋਈ ਦੁਖਾਂਤ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਹੋਊਗਾ ਤੇ ਨਾ ਹੀ ਕੋਈ ਹੋ ਸਕਦਾ ਕਿਉਂਕਿ ਉਹ ਵਿਰਾਸਤ ਦੀ ਵੰਡ ਹੋਈ ਹੈ ਜਿਹੜੀ ਕਿ ਜਿਹਦਾ ਕੋਈ ਮੁੱਲੇ ਨਹੀਂ ਹੈ ਅਸਲ ਦੇ ਵਿੱਚ ਸੋ ਪੰਜਾਬ ਦੇ ਟੁਕੜੇ ਹੋਏ ਤੋਂ ਇਹ ਤੋਂ ਵੱਡਾ ਦੁੱਖ ਕੋਈ ਵੀ ਨਹੀਂ ਹੈਗਾ ਠੀਕ ਹੈ ਜੀ ਸੋ ਆਸ ਕਰਦੇ ਹਾਂ ਕਿ ਕਦੇ ਜੋ ਲਹਿੰਦਾ ਪੰਜਾਬ ਹੈ ਇਸ ਪੰਜਾਬ ਦਾ ਹਿੱਸਾ ਬਣੇ ਸੋ ਮਹਾਰਾਜ ਪਲੀ ਕਰੇ ਛੇਤੀ ਹੀ ਯੋਧੇ ਨਾ ਵੇ ਠੀਕ ਹੈ ਜੀ ਸੋ ਇਹ ਸੀ ਅੱਜ ਦੀ ਵੀਡੀਓ ਸੋ ਮਿਲਦੇ ਹਾਂ ਹੁਣ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਨਾਲ ਤੇ ਜਿਹੜੇ ਵੀ ਨਵੇਂ ਆਏ ਆਂ ਇਸ ਚੈਨਲ ਉੱਤੇ ਤਾਂ ਸਬਸਕ੍ਰਾਈਬ ਜਰੂਰ ਕਰ ਦੇਣ ਬੈੱਲ ਬੱਬਨ ਵੀ ਦਬਬ ਲੈਣ ਤਾਂ ਕਿ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚਦੇ ਹੋ ਜਾਣ ਤੇ ਵਧੀਆ-ਵਧੀਆ ਵੀਡੀਓ ਇਤਿਹਾਸ ਨਾਲ ਜੁੜੀਆਂ ਹੋਈਆਂ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਤੇ ਹੋਰ ਵੀ ਦਿਲਚਸਪ ਘਟਨਾਵਾਂ ਇਤਿਹਾਸ ਨਾਲ ਸਬੰਧਤ ਨੇ ਜੋ ਉਹਨਾਂ ਨੂੰ ਸੁਣਨ ਲਈ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤਾਂ ਮਿਲਦੀਆਂ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇਓ ਅੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ